प्राइम इतालिया चैनल ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਜਿਹੜੇ ਕੁਝ ਖਾਸ ਨਿਊਜ਼ ਲੈ ਕੇ, ਕੁਝ ਅਪਡੇਟਸ ਲੈ ਕੇ। ਇਸ ਤੋਂ ਪਹਿਲਾਂ ਕਿ ਆਪਾਂ ਵੀਡੀਓ ਸ਼ੁਰੂ ਕਰੀਏ, ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ, ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਖਾਸ ਨਿਊਜ਼। ਸਭ ਤੋਂ ਪਹਿਲਾਂ ਦੇਖਦੇ ਇਟਲੀ 24 ਘੰਟਿਆਂ ਦੇ ਦੌਰਾਨ ਕਿੰਨੇ ਕੇਸ ਆਏ ਹਨ। ਇਟਲੀ ਦੇ ਵਿੱਚ 24 ਘੰਟਿਆਂ ਦੇ ਦੌਰਾਨ 5,959 ਨਵੇਂ ਕੇਸਿਸ ਆਏ ਹਨ ਤੇ 37 ਡੈਥ ਹੋਈਆਂ ਹਨ। ਤੇ ਪੋਜ਼ਿਟਿਵਿਟੀ ਰੇਟ ਹੈਗਾ ਆ 2.67% ਹੈ ਤੇ ਸਭ ਤੋਂ ਜ਼ਿਆਦਾ ਇਨਫੈਕਸ਼ਨ ਸਿਸੀਲੀਆ ਦੇ ਵਿੱਚ ਹੀ ਹੈ। ਤੇ ਅੱਜ ਤੋਂ ਸਿਸੀਲੀਆ ਜਿਹੜਾ ਹੈਗਾ ਆ ਉਹ ਯੈਲੋ ਜ਼ੋਨ ਦੇ ਵਿੱਚ ਪਾਸ ਕਰ ਗਿਆ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਕੋਵਿਡ ਦੇ ਜਿਹੜੇ ਜ਼ਿਆਦਾ ਪੇਸ਼ੈਂਟਸ ਪੋਜ਼ਿਟਿਵ ਕੇਸਿਸ ਆ ਰਹੇ ਹਨ, ਘੱਟੋ ਘੱਟ ਜਿਹੜੇ 10 ਦੇ ਵਿੱਚੋਂ 8 ਜਿਹੜੇ ਪੇਸ਼ੈਂਟਸ ਹੈਗੇ ਆ ਉਹ ਜਿਹੜੇ ਪੇਸ਼ੈਂਟਸ ਹੈਗੇ ਜਿਹੜੇ ਹੋਲੀਡੇਜ਼ ਛੁੱਟੀਆਂ ਤੋਂ ਵਾਪਸ ਆਏ ਹਨ, ਮੇਨਲੀ ਜਿਹੜੀਆਂ ਛੁੱਟੀਆਂ ਜਿਨ੍ਹਾਂ ਨੇ ਸਰਦਨੀਆਂ ਦੇ ਵਿੱਚ ਜਾਂ ਸਿਸੀਲੀਆ ਦੇ ਵਿੱਚ ਸਪੈਂਡ ਕੀਤੀਆਂ ਹਨ ਉਹਨਾਂ ਦੇ ਵਿੱਚ ਹੀ ਆ ਰਹੇ ਹਨ। ਅਤੇ ਸਿਸੀਲੀਆ ਦੇ ਕੌਂਸਲਰ ਦਾ ਕਹਿਣਾ ਹੈ ਕਿ ਸਿਸੀਲੀਆ ਦਾ ਯੈਲੋ ਜ਼ੋਨ ਦੇ ਵਿੱਚ ਜਾਣਾ ਉਹਨਾਂ ਲੋਕਾਂ ਦੀ ਗਲਤੀ ਹੈ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲਗਾਈ। ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਵੈਕਸੀਨੇਸ਼ਨ ਹੈਗੀ ਆ ਉਸਨੂੰ ਓਬਲੀਗਾਟੋਰੀ ਕਰ ਦਿੱਤਾ ਜਾਵੇ ਤਾਂ ਕਿ ਇਨਫੈਕਸ਼ਨ 'ਤੇ ਕੰਟਰੋਲ ਪਾਇਆ ਜਾ ਸਕੇ। ਸਿਸੀਲੀਆ ਅਤੇ ਯੈਲੋ ਜ਼ੋਨ ਦੇ ਵਿੱਚ ਜਾਣ ਦੇ ਨਾਲ ਇਸ ਦੇ ਵਿੱਚ ਕੁਝ ਰਿਸਟ੍ਰਿਕਸ਼ਨ ਲੱਗ ਗਈਆਂ ਹਨ, ਜਿਸ ਤਰ੍ਹਾਂ ਆਊਟਡੋਰ ਦੇ ਵਿੱਚ ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਜਿਹੜਾ ਮਾਸਕ ਹੈਗਾ ਆ ਉਸਨੂੰ ਕੰਪਲਸਰੀ ਕਰ ਦਿੱਤਾ ਗਿਆ ਹੈ। ਅਤੇ ਰੈਸਟੋਰੈਂਟਸ ਦੇ ਵਿੱਚ ਇੱਕ ਡਾਇਨਿੰਗ ਟੇਬਲ 'ਤੇ ਸਿਰਫ 4 ਜਣੇ ਹੀ ਖਾਣਾ ਖਾ ਸਕਦੇ ਹਨ। ਅਤੇ ਜੇਕਰ ਉਹ ਘਰ ਦੇ ਵਿੱਚ ਖਾਣਾ ਖਾ ਰਹੇ ਹਨ, ਯਾਨੀ ਕਿ ਗੈਸਟ ਵਗੈਰਾ ਸੱਦਦੇ ਹਨ, ਤਾਂ ਉਹਨਾਂ ਦੇ ਕੋਲ ਗ੍ਰੀਨ ਪਾਸ ਹੋਣਾ ਜ਼ਰੂਰੀ ਹੈ ਸਭ ਕੋਲ। ਇਸ ਤਰ੍ਹਾਂ ਹੀ ਰੈਸਟੋਰੈਂਟਸ ਅਤੇ ਹੋਟਲਸ ਦੇ ਵਿੱਚ ਵੀ ਗ੍ਰੀਨ ਪਾਸ ਨੂੰ ਕੰਪਲਸਰੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਦਨੀਆ ਜਿਹੜਾ ਹੈਗਾ ਆ ਉਹ ਵੀ ਯੈਲੋ ਜ਼ੋਨ ਦੇ ਰਿਸਕ 'ਤੇ ਹੈ, ਅਤੇ ਹੋ ਸਕਦਾ ਹੈ ਕਿ ਅਗਲੇ ਵੀਕ ਦੇ ਵਿੱਚ ਸਰਦਨੀਆ ਯੈਲੋ ਜ਼ੋਨ ਦੇ ਵਿੱਚ ਪਾਸ ਹੋ ਜਾਵੇ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ। ਅਮਰੀਕਾ ਦੇ ਵਿੱਚ ਇੱਕ ਵਿਅਕਤੀ ਜਿਸ ਦਾ ਨਾਮ ਨਹੀਂ ਮੈਂਸ਼ਨ ਕੀਤਾ ਗਿਆ, ਉਹ ਉਸਨੂੰ ਫਰੀਡਮ ਫਾਈਟਰਸ ਗਰੁੱਪ ਦਾ ਉਹ ਮੈਂਬਰ ਸੀ, ਜਿਸ ਦੇ ਵਿੱਚ ਉਹ ਨੋ ਮਾਸਕ ਜਿਹੜੀਆਂ ਪ੍ਰਦਰਸ਼ਨ ਸੀ ਉਹਦੇ ਵਿੱਚ ਹਿੱਸਾ ਲੈਂਦਾ ਸੀ। ਅਤੇ ਇੱਕ ਦਿਨ ਇੱਦਾਂ ਦਾ ਹੋਇਆ ਕਿ ਉਸਨੂੰ ਕੋਵਿਡ ਹੋ ਗਿਆ, ਅਤੇ ਉਸਨੇ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਠੀਕ ਕਰਨ ਦੀ, ਵਿਟਾਮਿਨ ਸੀ ਵਗੈਰਾ, ਹੋਰ ਵੀ ਕਾਫੀ ਜ਼ਿਆਦਾ ਉਹਨੇ ਮੈਡੀਸਿਨਸ ਵਗੈਰਾ ਲਈਆਂ, ਪਰ ਉਹ ਠੀਕ ਨਹੀਂ ਹੋਇਆ। ਅਤੇ ਕੁਛ ਹੀ ਹਫ਼ਤਿਆਂ ਬਾਅਦ, 3 ਹਫ਼ਤਿਆਂ ਬਾਅਦ ਉਸਦੀ ਇੰਟੈਂਸਿਵ ਕੇਅਰ ਦੇ ਵਿੱਚ ਡੈਥ ਹੋ ਗਈ, ਅਤੇ ਉਹ ਲਈ 30 ਸਾਲਾਂ ਦਾ ਸੀ ਅਤੇ ਉਸਦੇ 3 ਬੱਚੇ ਸਨ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ USA ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇੱਕ ਅਨਵੈਕਸੀਨੇਟਿਡ ਪ੍ਰਾਇਮਰੀ ਟੀਚਰ ਨੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਇਆ, ਅਤੇ ਉਸਦੇ ਕੰਟੈਕਟ ਦੇ ਵਿੱਚ ਆਉਣ ਵਾਲੇ 26 ਬੱਚੇ ਵੀ ਇਨਫੈਕਟਿਡ ਹੋ ਗਏ, ਅਤੇ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਉਹ ਵੀ ਇਸ ਬਿਮਾਰੀ ਨਾਲ ਗ੍ਰਸਿਤ ਹੋ ਗਏ। ਅਤੇ ਇਸ ਦੇ ਲਈ ਮਾਤੇਯੂ ਪਾਸੇਤੀ, ਡਾਇਰੈਕਟਰ ਆਫ ਦਾ ਇਨਫੈਕਸ਼ਨ ਡਿਸੀਜ਼ ਕਲੀਨਿਕ ਆਫ ਦਾ ਸੈਨ ਮਾਰਟੀਨੋ ਹੋਸਪਿਟਲ ਦੇ ਜਿਹੜੇ ਡਾਇਰੈਕਟਰ ਹੈ, ਉਹਨਾਂ ਨੇ ਇੱਕ ਪੋਸਟ ਫੇਸਬੁੱਕ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਟੀਚਰਸ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਉਹ ਵੈਕਸੀਨ ਲੈਣ, ਕਿਉਂਕਿ ਅਗਰ ਉਹ ਵੈਕਸੀਨ ਨਹੀਂ ਲਗਾਉਂਦੇ ਤਾਂ ਜੇ ਜੋ ਵੀ ਬੱਚੇ ਉਹਨਾਂ ਦੇ ਕੰਟੈਕਟ ਦੇ ਵਿੱਚ ਆਉਂਦੇ ਹਨ ਉਹਨਾਂ ਨੂੰ ਇਸ ਬਿਮਾਰੀ ਹੋਣ ਦਾ ਖਤਰਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜੌਨਸਨ ਐਂਡ ਜੌਨਸਨ ਦੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਿੰਗਲ ਡੋਜ਼ ਹੀ ਲੱਗਦੀ ਹੈ, ਅਤੇ ਇੱਕ ਰਿਸਰਚ ਦੇ ਅਕੋਰਡਿੰਗ ਜਿਹੜੀ ਕਿ ਜੈਨਸਨ ਵੈਕਸੀਨ ਐਂਡ ਪ੍ਰੀਵੈਂਸ਼ਨ ਵੱਲੋਂ ਕੀਤੀ ਗਈ ਹੈ, ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਜੌਨਸਨ ਐਂਡ ਜੌਨਸਨ ਦੀ ਬੂਸਟਰ ਡੋਜ਼ ਹੈ, ਜਿਹੜੀ ਕਿ ਫਸਟ ਇੰਜੈਕਸ਼ਨ ਤੋਂ ਬਾਅਦ ਲਗਾਈ ਜਾਂਦੀ ਹੈ, ਅਤੇ ਇਸ ਦੇ ਨਾਲ ਜਿਹੜੀ ਐਂਟੀਬੋਡੀ ਲੈਵਲਸ ਹੈਗਾ ਆ SARS-CoV-2 ਕਰੋਨਾ ਵਾਇਰਸ ਦਾ, ਉਹ 9 ਗੁਣਾ ਜ਼ਿਆਦਾ ਵੱਧ ਜਾਂਦਾ ਹੈ। ਇਹ ਰਿਸਰਚ ਕੀਤੀ ਗਈ ਹੈ ਜੈਨਸਨ ਵੈਕਸੀਨ ਐਂਡ ਪ੍ਰੀਵੈਂਸ਼ਨ ਗਰੁੱਪ ਨੇ, ਅਤੇ ਉਹਨਾਂ ਨੇ ਇਹ ਜਿਹੜੀ ਰਿਸਰਚ ਕੀਤੀ ਹੈ ਆਲਰੇਡੀ ਜਿਹੜੇ ਪਹਿਲਾਂ ਹੀ ਵੈਕਸੀਨ ਲੈ ਰਹੇ ਸੀ ਵਲੰਟੀਅਰ ਸੀ ਉਹਨਾਂ ਦੇ ਉੱਤੇ ਕੀਤੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 1 ਸਪਤੰਬਰ ਤੋਂ ਗ੍ਰੀਨ ਪਾਸ ਜ਼ਰੂਰੀ ਕਰ ਦਿੱਤਾ ਗਿਆ ਹੈ, ਅਤੇ ਇਹ ਗ੍ਰੀਨ ਪਾਸ ਸਾਰੇ ਹੀ ਖਾਸ ਕਰ ਕਾਰੋਬਾਰੀ ਕੰਮਕਾਰ ਜਿੱਥੇ ਅਦਾਰੇ ਹੋਟਲ ਰੈਸਟੋਰੈਂਟਸ ਅਤੇ ਜਿਹੜਾ ਵੀ ਟੂਰਿਸਟ ਪਲੇਸਿਸ ਹੈਗੇ ਆ ਉਸ ਦੇ ਵਿੱਚ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਤਾਜ਼ਾ ਮਿਸਾਲ ਆ ਰਹੀ ਹੈ ਨੌਰਥ ਇਟਲੀ ਦੇ ਸ਼ਹਿਰ ਰੋਵੀਗੋ, ਜਿਹੜਾ ਕਿ ਵਨੇਤੋ ਦੇ ਵਿੱਚ ਸਥਿਤ ਹੈ, ਅਤੇ ਇਸ ਦੇ ਵਿੱਚ ਇੱਕ ਸਥਾਨਕ ਪੁਲਿਸ ਉੱਥੇ ਲੋਕਲ ਪੁਲਿਸ ਵੱਲੋਂ ਪੀਜ਼ਾ ਖਾਣ ਵਾਲੇ ਆਏ ਗ੍ਰਾਹਕ ਨੂੰ 400 ਯੂਰੋ ਅਤੇ ਪੀਜ਼ਾ ਹੱਟ ਦੇ ਮਾਲਕ ਨੂੰ 1,000 ਯੂਰੋ ਦਾ ਜੁਰਮਾਨਾ ਕਰ ਦਿੱਤਾ ਗਿਆ ਹੈ, ਕਿਉਂਕਿ ਗ੍ਰਾਹਕ ਕੋਲ ਗ੍ਰੀਨ ਪਾਸ ਨਹੀਂ ਸੀ ਅਤੇ ਅੰਦਰ ਲੱਗੀਆਂ ਕੁਰਸੀਆਂ 'ਤੇ ਬੈਠ ਕੇ ਹੀ ਉਹ ਖਾਣਾ ਖਾ ਰਿਹਾ ਸੀ, ਜਦਕਿ ਗੌਰਮੈਂਟ ਦੇ ਜਿਹੜੀਆਂ ਨਿਯਮ ਬਣਾਏ ਗਏ ਉਸ ਦੇ ਮੁਤਾਬਕ ਜੇਕਰ ਵਿਅਕਤੀ ਨੇ ਵੈਕਸੀਨੇਸ਼ਨ ਨਹੀਂ ਲਈ ਹੈ ਤਾਂ, ਮਤਲਬ ਕਿ ਉਹ ਕੋਈ ਗ੍ਰੀਨ ਪਾਸ ਨਹੀਂ ਹੈ, ਤਾਂ ਉਹ ਹੋਟਲ ਜਾਂ ਕਫੇ ਬਾਰ ਵਗੈਰਾ ਦੇ ਅੰਦਰ ਬੈਠ ਕੇ ਖਾਣਾ ਨਹੀਂ ਖਾ ਸਕਦਾ। ਇਸ ਕਰਕੇ ਦੋਨਾਂ ਨੂੰ ਹੀ ਕਸਟਮਰ ਅਤੇ ਜਿਹੜਾ
ਰੈਸਟੋਰੈਂਟ ਦਾ ਓਨਰ ਸੀ ਉਸਨੂੰ ਦੋਨਾਂ ਨੂੰ ਹੀ ਫਾਈਨ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਇਟਲੀ ਦੇ ਵਿੱਚ ਬਹੁਤ ਸਾਰੇ ਲੋਕ ਕਰੋਨਾ ਵੈਕਸੀਨ ਦਾ ਵੈਕਸੀਨ ਨਾ ਲਗਵਾਉਣ ਕਾਰਨ ਕਾਫੀ ਜ਼ਿਆਦਾ ਜੁਰਮਾਨੇ ਭੁਗਤ ਰਹੇ ਹਨ। ਅਤੇ ਇਟਲੀ ਵਿੱਚ ਰਹਿੰਦੇ ਹੋਏ ਆਪਾਂ ਸਾਰੇ ਹੀ ਇੰਡੀਅਨਸ ਨੂੰ ਇਹ ਅਪੀਲ ਕਰਾਂਗੇ ਕਿ ਜਿੰਨੇ ਵੀ ਇੱਥੇ ਇੰਡੀਅਨਸ ਰਹਿੰਦੇ ਹਨ ਉਹਨਾਂ ਨੂੰ ਵੈਕਸੀਨ ਜ਼ਰੂਰ ਲਗਵਾ ਲੈਣੀ ਚਾਹੀਦੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ, ਇਟਲੀ ਦੇ ਮਿਲਾਨ ਸ਼ਹਿਰ ਦੇ ਵਿੱਚ 20 ਮੰਜ਼ਿਲਾ ਇੱਕ ਇਮਾਰਤ ਵਿੱਚ ਕੱਲ੍ਹ ਅੱਗ ਲੱਗ ਗਈ ਅਤੇ ਇਸ ਅੱਗ ਨੂੰ ਬੁਝਾਉਣ ਦੇ ਲਈ ਉੱਥੇ ਦੇ ਜਿਹੜੇ ਫਾਇਰ ਫਾਈਟਰ ਸੀ ਉਸਦੇ ਦੁਆਰਾ ਪੂਰੀ ਰਾਤ ਕੰਮ ਕੀਤਾ ਗਿਆ ਅਤੇ ਅੱਗ ਲੱਗਣ ਦੇ ਕਰਕੇ ਜਿਹੜੀ ਇਮਾਰਤ ਸੀ ਬਿਲਡਿੰਗ ਸੀ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਪਰ ਕਿਸੇ ਦੇ ਲਾਪਤਾ ਹੋਣ ਦਾ ਸੰਕੇਤ ਨਹੀਂ ਮਿਲਿਆ। ਇਮਾਰਤ ਵਿੱਚ ਕੱਲ੍ਹ ਐਤਵਾਰ ਨੂੰ ਅੱਗ ਲੱਗੀ ਸੀ ਅਤੇ ਉਸੇ ਧੂੰਏ ਕਰਕੇ ਕੁਝ ਲੋਕ ਬਿਮਾਰ ਵੀ ਹੋ ਗਏ ਹੈ, ਪਰ ਕਿਸੇ ਦੀ ਹਾਲਤ ਗੰਭੀਰ ਨਹੀਂ ਹੈ ਅਤੇ ਨਾ ਹੀ ਕਿਸੇ ਦੀ ਮੌਤ ਹੋਈ ਹੈ। ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਪਰ ਅਜਿਹਾ ਲੱਗਦਾ ਹੈ ਕਿ ਅੱਗ ਦੀ ਤੇਜ਼ੀ ਨਾਲ ਫੈਲਣ ਦਾ ਕਾਰਨ ਥਰਮਲ ਕਵਰਿੰਗ ਹੈ। ਅਤੇ ਫਾਇਰ ਫਾਈਟਰਸ ਦੇ ਦੁਆਰਾ ਫਲੈਟਾਂ ਦੇ ਦਰਵਾਜ਼ੇ ਤੋੜ ਤੋੜ ਕੇ ਉੱਥੇ ਜਿਹੜੇ ਲੋਕ ਫਸੇ ਸਨ ਉਹਨਾਂ ਨੂੰ ਬਾਹਰ ਕੱਢਿਆ ਗਿਆ ਹੈ। ਉਹਨਾਂ ਦੁਆਰਾ ਫਿਲਹਾਲ ਕਿਸੇ ਦੇ ਲਾਪਤਾ ਹੋਣ ਦੀ ਕੋਈ ਖਬਰ ਨਹੀਂ ਹੈ। ਅਤੇ ਕਰੀਬ 200 ਫੁੱਟ ਉੱਚੀ ਇਮਾਰਤ 2021 ਦੇ ਵਿੱਚ ਵਿਕਾਸ ਪ੍ਰੋਜੈਕਟ ਜਿਹੜੇ ਸੀਗੇ ਉਸਦਾ ਹੀ ਇੱਕ ਹਿੱਸਾ ਸੀ। ਬਾਕੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਆ ਇਟਲੀ ਫਲਾਈਟਸ ਦੀ, ਡਾਇਰੈਕਟ ਫਲਾਈਟਸ ਦੇ ਬਾਰੇ, ਜਿਸ ਤਰ੍ਹਾਂ ਟਰੈਵਲ ਪੈਨ ਚੱਲ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇਟਲੀ ਨੇ 3 ਦੇਸ਼ਾਂ 'ਤੇ, ਇੰਡੀਆ, ਬੰਗਲਾਦੇਸ਼ ਅਤੇ ਸ਼੍ਰੀਲੰਕਾ 'ਤੇ ਟਰੈਵਲ ਬੈਨ ਲਗਾਇਆ ਹੈ। ਅਤੇ ਇਸ ਦੀ ਇੱਕ ਇੱਥੇ ਦੇ ਜਿਹੜੇ ਹੈਲਥ ਮਿਨਿਸਟਰ ਹਨ ਰੋਬਰਟੋ ਸਪਰਿੰਸਾ ਜੀ, ਉਹਨਾਂ ਦੁਆਰਾ ਇੱਕ ਪੋਸਟ ਸ਼ੇਅਰ ਕੀਤੀ ਗਈ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਉਹਨਾਂ ਨੇ ਇਹ ਟਰੈਵਲ ਬੈਨ ਐਕਸਟੈਂਡ ਕਰ ਦਿੱਤਾ ਹੈ। ਪਰ ਇਸ ਤੋਂ ਬਾਅਦ ਅਸੀਂ ਪੂਰੀ ਤਰ੍ਹਾਂ ਨਹੀਂ ਸ਼ੋਰ ਨਹੀਂ ਹੈ ਕਿ ਇਹ ਟਰੈਵਲ ਬੈਨ ਵਧੀਆ ਹੈ ਜਾਂ ਬਿਲਕੁਲ ਬੈਨ ਹਟਾ ਦਿੱਤਾ ਗਿਆ ਹੈ, ਕਿਉਂਕਿ ਹਾਲੇ ਤੱਕ ਕਿਸੇ ਵੀ ਨਿਊਜ਼ ਪੇਪਰ ਦੇ ਵਿੱਚ ਇਹ ਨਿਊਜ਼ ਨਹੀਂ ਆਈ ਹੈ। ਅਤੇ ਜਦੋਂ ਵੀ ਇਸ ਦੇ ਬਾਰੇ ਨਵੀਂ ਅਪਡੇਟ ਮਿਲੇਗੀ ਉਸ ਦੇ ਬਾਰੇ ਅਸੀਂ ਜ਼ਰੂਰ ਹੀ ਤੁਹਾਨੂੰ ਦੱਸਾਂਗੇ। ਇਸ ਤੋਂ ਬਾਅਦ ਅਗਲੀ ਨਿਊਜ਼ ਫਰਾਂਸ ਤੋਂ ਆ ਰਹੀ ਹੈ। ਫਰਾਂਸ ਦੇ ਵਿੱਚ ਵੀ ਕੋਵਿਡ-19 ਦੀ ਮਹਾਂਮਾਰੀ ਨਾਲ ਲੜਨ ਦੇ ਲਈ ਜਿਹੜੇ ਉੱਥੇ ਦੇ ਦੇਸ਼ ਦੇ ਵਿੱਚ ਤਕਰੀਬਨ ਲਗਭਗ 20 ਲੱਖ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਅੱਜ ਤੋਂ ਰੈਸਟੋਰੈਂਟ ਅਤੇ ਹੋਰ ਸੇਵਾਵਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਆਪਣਾ ਜਿਹੜਾ ਗ੍ਰੀਨ ਪਾਸ ਹੈਗਾ ਆ ਉਸ ਨੂੰ ਦਿਖਾਉਣਾ ਪਵੇਗਾ। ਇਸੇ ਤਰ੍ਹਾਂ ਹੀ ਫਰਾਂਸੀ ਰੈਸਟੋਰੈਂਟ, ਸੈਰ ਸਪਾਟਾ ਸਥਾਨ ਅਤੇ ਹੋਰ ਵੀ ਜਿਹੜੇ ਪਬਲਿਕ ਪਲੇਸਿਸ ਹੈਗੇ ਆ ਉੱਥੇ ਜਾਣ ਲਈ ਜਿਹੜੇ ਲੋਕ ਪਬਲਿਕ ਲੋਕ ਜਾਂਦੀ ਹੈ ਉਹਨਾਂ ਨੂੰ ਵੀ ਗ੍ਰੀਨ ਪਾਸ ਪਹਿਲਾਂ ਹੀ ਦੇ ਦਿੱਤੇ ਜਾ ਚੁੱਕੇ ਹਨ ਅਤੇ ਸਾਰਿਆਂ ਨੂੰ ਹੀ ਮੰਗਣ 'ਤੇ ਇਹ ਗ੍ਰੀਨ ਪਾਸ ਦਿਖਾਉਣਾ ਪਵੇਗਾ। ਅਤੇ ਜੋ ਲੋਕ ਇਹਨਾਂ ਨਿਯਮਾਂ ਦਾ ਪਾਲਣਾ ਨਹੀਂ ਕਰਦੇ ਉਹਨਾਂ ਨੂੰ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਯੂਨਾਈਟਿਡ ਅਰਬ ਅਮੀਰਾਤ ਤੋਂ। ਇਸ 'ਤੇ ਸੰਯੁਕਤ ਅਰਬ ਅਮੀਰਾਤ ਨੇ 30 ਅਗਸਤ ਯਾਨੀ ਅੱਜ ਤੋਂ ਉਹਨਾਂ ਲੋਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੀਆਂ ਦੋਨੋਂ ਡੋਜ਼ਿਸ ਲਈਆਂ ਹਨ। ਅਤੇ ਇਹ ਕਦਮ ਦੇਸ਼ ਦੇ ਵਿੱਚ ਪੋਜ਼ਿਟਿਵ ਮਾਮਲਿਆਂ ਦੇ ਵਿੱਚ ਆਈ ਹੋਈ ਕਮੀ ਤੋਂ ਬਾਅਦ ਚੁੱਕਿਆ ਗਿਆ ਹੈ। ਫੈਡਰਲ ਅਥਾਰਟੀ ਫੋਰ ਆਈਡੈਂਟੀ ਐਂਡ ਸਿਟੀਜ਼ਨਸ਼ਿਪ ਅਤੇ ਨੈਸ਼ਨਲ ਐਮਰਜੈਂਸੀ ਕ੍ਰਾਈਸਿਸ ਐਂਡ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੋਵਾਂ ਨੇ ਸੰਯੁਕਤ ਰੂਪ ਨਾਲ ਐਲਾਨ ਕੀਤਾ ਹੈ ਕਿ ਟੂਰਿਸਟ ਵੀਜ਼ਾ ਦੇ ਲਈ ਐਪਲੀਕੇਸ਼ਨ ਪ੍ਰੋਸੈਸ ਭਾਰਤ ਸਮੇਤ ਉਹਨਾਂ ਸਾਰੇ ਦੇਸ਼ਾਂ ਦੇ ਲਈ ਖੁੱਲ੍ਹ ਗਈ ਹੈ ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਨੋਂ ਹੀ ਡੋਜ਼ਿਸ ਲਗਵਾਈਆਂ ਹਨ। ਅਤੇ ਇਹ ਟੂਰਿਸਟ ਵੀਜ਼ਾ 30 ਜਾਂ 90 ਦਿਨਾਂ ਦੇ ਵਿੱਚ ਦਿੱਤਾ ਜਾਂਦਾ ਹੈ। ਅਤੇ ਇੱਥੇ ਤੁਹਾਨੂੰ ਦੱਸ ਦਈਏ ਕਿ WHO ਦੁਆਰਾ ਮਨਜ਼ੂਰ ਸ਼ੁਦਾ ਵੈਕਸੀਨ ਜਿਹੜੀ ਹੈਗੀ ਆ ਐਸਟ੍ਰਾਜੇਨਿਕਾ, ਆਕਸਫੋਰਡ, ਕੋਵਿਸ਼ੀਲਡ, ਜੌਨਸਨ ਐਂਡ ਜੌਨਸਨ, ਮਦੇਰਨਾ, ਫਾਈਜ਼ਰ, ਬਾਇਓਨਟੈਕ, ਸਿਨੋਫਾਰਮ ਅਤੇ ਸਿਨੋਵਾਕ ਵੀ ਸ਼ਾਮਿਲ ਹਨ। ਅਤੇ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਟੂਰਿਸਟ ਵੀਜ਼ਾ 'ਤੇ ਆਉਣ ਵਾਲੇ ਯਾਤਰੀਆਂ ਨੂੰ ਏਅਰਪੋਰਟ 'ਤੇ ਲਾਜ਼ਮੀ PCR ਟੈਸਟ ਕਰਵਾਉਣਾ ਪਵੇਗਾ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੋ ਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਸੰਯੁਕਤ ਅਰਬ ਅਮੀਰਾਤ ਨੇ ਇੰਡੀਅਨ ਜਿਹੜੇ ਟੂਰਿਸਟ ਹੈਗੇ ਆ ਉਹਨਾਂ ਦੇ ਲਈ ਇੱਕ ਅੱਛੀ ਖਬਰ ਜਿਸ ਤਰ੍ਹਾਂ ਦਿੱਤੀ ਹੈ ਕਿ ਹੁਣ 30 ਅਗਸਤ ਤੋਂ ਮਤਲਬ ਕਿ ਅੱਜ ਤੋਂ ਟੂਰਿਸਟ ਵੀਜ਼ਾ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਨਾਲ ਅੱਜ ਤੋਂ ਟੂਰਿਸਟ ਵੀਜ਼ਾ ਖੁੱਲ੍ਹਣ ਦੇ ਨਾਲ UAE ਦੇ ਲਈ ਫਲਾਈਟ ਟਿਕਟਸ ਦੀ ਮੰਗ 4 ਗੁਣਾ ਵੱਧ ਗਈ ਹੈ। ਫਲਾਈਟ ਟਿਕਟਸ ਦੀ ਮੰਗ ਵਧਣ ਦੇ ਨਾਲ ਹੋ ਸਕਦਾ ਹੈ ਕਿ ਜਿਹੜੀ ਏਅਰਲਾਈਨਸ ਦੇ ਟਿਕਟਸ ਦੇ ਕਿਰਾਏ ਹੈਗੇ ਆ ਉਹ ਵੀ ਵੱਧ ਜਾਣ। ਇਸ ਤੋਂ ਬਾਅਦ ਅਗਲੀ ਨਿਊਜ਼ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਇੰਡੀਆ ਤਰ੍ਹਾਂ ਹੀ ਉੱਥੇ ਵੀ ਕਈ ਹੋਸਪਿਟਲਸ ਦੇ ਵਿੱਚ ਆਕਸੀਜਨ ਦੀ ਭਾਰੀ ਕਮੀ ਦੇਖੀ ਜਾ ਰਹੀ ਹੈ। ਅਤੇ ਅਮਰੀਕਾ ਦੇ ਜਿਹੜੀ ਸਾਊਥ ਸਾਈਡ ਹੈਗੀ ਆ ਉਹਨਾਂ ਉੱਥੇ ਜਿਹੜੇ ਹੋਸਪਿਟਲਸ ਹੈਗੇ ਆ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ। ਅਤੇ ਇਹ ਮਾਮਲੇ ਉਹਨਾਂ ਲੋਕਾਂ ਦੇ ਵਿੱਚ ਜਾ ਰਹੇ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਾਈ। ਅਤੇ ਆਕਸੀਜਨ ਦੀ ਘੱਟ ਸਪਲਾਈ ਦੇ ਕਰਕੇ ਜਿਹੜੀ ਹੈਗੀ ਆ ਪੇਸ਼ੈਂਟਸ ਹੈਗੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ। ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਡੈਲਟਾ ਵੇਰੀਐਂਟ ਦੀ ਵਜ੍ਹਾ ਦੇ ਨਾਲ ਲੋਕਾਂ ਦੇ ਫੇਫੜੇ ਖਰਾਬ ਹੋ ਰਹੇ ਹਨ ਅਤੇ ਕਈ ਲੋਕਾਂ ਦੀ ਮਰੀਜ਼ਾਂ ਦੀ ਮੌਤ ਵੀ ਹੋ ਰਹੀ ਹੈ। ਅਤੇ ਉਹਨਾਂ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਇਸ ਅੱਜ ਦੀਆਂ ਕੁਝ ਖਾਸ ਨਿਊਜ਼, ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।